ਇਹੋ ਜਿਹੇ ਕੰਮ, ਇਹੋ ਜਿਹੇ ਗੁਨਾਹ ਸਰਕਾਰਾਂ ਦੇ ਵਿੱਚ ਜਦੋਂ ਲੀਡਰ ਆ ਜਾਂਦੇ ਨੇ ਜਾਂ ਪਾਰਟੀਆਂ ਆ ਜਾਂਦੀਆਂ ਨੇ, ਇਹੋ ਜਿਹੇ ਗੁਨਾਹ ਕਰਦੇ ਹੀ ਕਿਉਂ ਨੇ ਜਿਹਦੇ ਵਾਸਤੇ ਮਾਫੀਆਂ ਮੰਗਣੀਆਂ ਪੈਣ? ਸੋ ਇਸ ਕਰਕੇ, ਪਰ ਫਿਰ ਵੀ ਚਲੋ ਉਹਨਾਂ ਦੀ ਆਪਦੀ ਸੋਚ ਹੈ, ਪਰਮਾਤਮਾ ਬਾਬੇ ਨਾਨਕ ਨੂੰ ਜੋ ਠੀਕ ਲੱਗੂ ਆਪੇ ਕਰਨਗੇ। ਸਭ ਦਾ ਸਤਿਕਾਰਯੋਗ ਨੇ, ਵੱਡੇ ਨੇ, ਬਜ਼ੁਰਗ ਨੇ ਢੀਂਡਸਾ ਸਾਹਿਬ, ਮੈਂ ਉਹਨਾਂ ਦੇ ਕਿਸੇ ਵੀ ਬਿਆਨ 'ਤੇ ਜਾਂ ਕਿਸੇ ਵੀ ਫੈਸਲੇ 'ਤੇ ਮੈਂ ਕਮੈਂਟ ਕਰਨ ਵਾਲਾ ਕੌਣ? ਇਹ ਤਾਂ ਉਹ ਦੋਨੋਂ ਪਾਰਟੀਆਂ ਹੀ ਦੇਖਣ ਵੀ ਉਹਨਾਂ ਨੇ ਇਕੱਠੇ ਹੋ ਕੇ ਰਹਿਣਾ ਹੈ ਕਿ ਅੱਡ ਅੱਡ ਰਹਿਣਾ। ਪੰਜਾਬ ਦੇ ਲੋਕ ਅੱਜ ਅਕਾਲੀ ਦਲ ਜਾਂ ਅਕਾਲੀ ਦਲ ਦੇ ਕਿਸੇ ਵੀ ਹੋਰ ਧੜੇ ਦਾ ਅਸਲੀ ਚਿਹਰਾ ਜਿਹੜਾ ਉਹ ਦੇਖ ਚੁੱਕੇ ਨੇ, ਅਤੇ ਹੁਣ ਉਹ ਚਾਹੇ ਅਲੱਗ ਹੋਣ ਚਾਹੇ ਇਕੱਠੇ ਹੋਣ, ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਦੁਬਾਰਾ ਮੌਕਾ। ਦੇਖੋ, ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਯਾਦਗਾਰੀ ਧਰਮਸ਼ਾਲਾ ਜਿਹੜੀ ਉਹਦੇ ਮੇਨ ਗੇਟ ਦਾ ਨੀਂਹ ਪੱਥਰ ਰੱਖਿਆ, ਅਤੇ ਪਾਰਕ ਲਈ ਜਿਹੜਾ 3 ਲੱਖ ਰੁਪਏ ਦਿੱਤਾ ਗਿਆ ਸੀਗਾ, ਉਹ ਬਹੁਤ ਸੋਹਣਾ ਪਾਰਕ, ਅਤੇ ਉਹਦੇ ਆਸੇ ਪਾਸੇ ਵਾਕਿੰਗ ਟਰੈਕ ਹੈ ਜਿਹੜਾ, ਉਹ ਪ੍ਰਬੰਧਕ ਕਮੇਟੀ ਨੇ ਬਣਾਇਆ। ਅੱਜ ਉਹਦਾ ਉਦਘਾਟਨ ਕਰਨ ਲਈ ਆਇਆ, ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ, ਔਰ ਮੈਂ ਸਮਝਦਾ ਕਿ ਇਹਦੇ ਨਾਲ ਪੂਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਸਹੂਲਤ ਹੈ ਜਿਹੜੀ ਉਹ ਮਿਲੇਗੀ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਸਰ, ਅੱਜ ਦੇ ਹੋਰ ਵੀ ਕੋਈ ਹੈਗੇ ਪ੍ਰੋਜੈਕਟ ਕਿਸੇ ਤਰ੍ਹਾਂ ਦੇ, ਕਿਤੇ ਜਾਣਾ ਹੋਵੇ ਜੀ ਕਰਨਾ? ਚੱਲਦੇ ਰਹਿਣਗੇ ਜੀ ਪ੍ਰੋਜੈਕਟ, ਅੱਜ ਤਾਂ ਇਹੀ ਰੱਖਿਆ ਸੀਗਾ। ਅੱਜ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਹੋਵੇ, ਉਹਨਾਂ ਦੇ ਨੂੰ ਸਮਰਪਿਤ ਕੋਈ ਪ੍ਰੋਜੈਕਟ ਹੋਵੇ, ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਹੁੰਦਾ। ਪਰ ਆਉਣ ਵਾਲੇ ਹਫ਼ਤੇ ਦੇ ਵਿੱਚ ਅੱਜ ਕੁਛ ਹੋਰ ਸਮਾਜਿਕ ਪ੍ਰੋਗਰਾਮ ਨੇ, ਅਤੇ ਜਿਹੜੇ ਬਾਕੀ ਪ੍ਰੋਜੈਕਟਾਂ ਦੀ ਅਸੀਂ ਗੱਲ ਕਰਦੇ ਹਾਂ ਅਗਲੇ ਹਫ਼ਤੇ, ਉਹ ਵੀ ਤੁਹਾਨੂੰ ਗਿਫਟ ਦੇਵਾਂਗੇ। ਅਤੇ ਅਮਨ ਜੀ, ਜਿਸ ਤਰ੍ਹਾਂ ਢੀਂਡਸਾ ਸਾਹਿਬ ਜਿਹੜੇ ਹੈਗੇ ਬਾਦਲ ਨਾਲ ਫਿਰ ਰਲਣ ਜਾ ਰਹੇ ਨੇ, ਉਹਦੇ ਬਾਰੇ ਤੁਸੀਂ ਕੀ? ਚਲੋ, ਇਹ ਤਾਂ ਉਹਨਾਂ ਦੋਨਾਂ ਪਾਰਟੀਆਂ ਦਾ ਆਪਸ 'ਚ ਜੀ, ਮੈਂ ਕਿਉਂ, ਮੇਰੇ ਤਾਂ ਸਤਿਕਾਰਯੋਗ ਨੇ ਵੱਡੇ ਨੇ, ਬਜ਼ੁਰਗ ਨੇ ਢੀਂਡਸਾ ਸਾਹਿਬ, ਮੈਂ ਉਹਨਾਂ ਦੇ ਕਿਸੇ ਵੀ ਬਿਆਨ 'ਤੇ ਜਾਂ ਕਿਸੇ ਵੀ ਫੈਸਲੇ 'ਤੇ ਮੈਂ ਕਮੈਂਟ ਕਰਨ ਵਾਲਾ ਕੌਣ? ਉਹਨਾਂ ਦਾ ਬੜਾ ਰਾਜਨੀਤਿਕ ਤਜਰਬਾ ਸਾਰੀ ਉਮਰ ਦਾ, ਇਹ ਤਾਂ ਉਹ ਦੋਨੋਂ ਪਾਰਟੀਆਂ ਹੀ ਦੇਖਣ ਵੀ ਉਹਨਾਂ ਨੇ ਇਕੱਠੇ ਹੋ ਕੇ ਰਹਿਣਾ ਹੈ ਕਿ ਅੱਡ ਅੱਡ ਰਹਿਣਾ ਹੈ। ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਅੱਜ ਅਕਾਲੀ ਦਲ ਜਾਂ ਅਕਾਲੀ ਦਲ ਦੇ ਕਿਸੇ ਵੀ ਹੋਰ ਧੜੇ ਦਾ ਅਸਲੀ ਚਿਹਰਾ ਜਿਹੜਾ ਉਹ ਦੇਖ ਚੁੱਕੇ ਨੇ, ਅਤੇ ਹੁਣ ਉਹ ਚਾਹੇ ਅਲੱਗ ਹੋਣ ਚਾਹੇ ਇਕੱਠੇ ਹੋਣ, ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਦੁਬਾਰਾ ਮੌਕਾ ਦੇਣਾ। ਜਿਹੜੀ ਮਾਫੀ ਮੰਗੀ ਹੈ ਜੀ ਸੁਖਬੀਰ ਬਾਦਲ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਚਲੋ, ਇਹ ਵੀ ਉਹਨਾਂ ਦਾ ਆਪਦਾ ਨਿੱਜੀ ਫੈਸਲਾ ਹੈ ਜੀ, ਮੈਂ ਤਾਂ ਇਸ 'ਚ ਕੀ ਕਹਿ ਸਕਦਾ, ਪਰ ਮੈਨੂੰ ਤਾਂ ਐਂ ਨਹੀਂ ਸਮਝ ਆਉਂਦੀ ਹੈਗੀ ਵੀ ਇਹੋ ਜਿਹੇ ਕੰਮ, ਇਹੋ ਜਿਹੇ ਗੁਨਾਹ ਸਰਕਾਰਾਂ ਦੇ ਵਿੱਚ ਜਦੋਂ ਲੀਡਰ ਆ ਜਾਂਦੇ ਨੇ ਜਾਂ ਪਾਰਟੀਆਂ ਆ ਜਾਂਦੀਆਂ ਨੇ, ਇਹੋ ਜਿਹੇ ਗੁਨਾਹ ਕਰਦੇ ਹੀ ਕਿਉਂ ਨੇ ਜਿਹਦੇ ਵਾਸਤੇ ਮਾਫੀਆਂ ਮੰਗਣੀਆਂ ਪੈਣ? ਸੋ ਇਸ ਕਰਕੇ, ਪਰ ਫਿਰ ਵੀ ਚਲੋ ਉਹਨਾਂ ਦੀ ਆਪਦੀ ਸੋਚ ਹੈ, ਪਰਮਾਤਮਾ ਬਾਬੇ ਨਾਨਕ ਨੂੰ ਜੋ ਠੀਕ ਲੱਗੂ ਆਪੇ ਕਰਨਗੇ। ਸਰ, ਸ਼ਹਿਰ 'ਚ ਲੁੱਟਾਂ ਖੋਹਾਂ ਬਹੁਤ ਹੋ ਰਹੀਆਂ, ਦੁਕਾਨਦਾਰਾਂ ਡਰ ਦਾ ਮਾਹੌਲ ਹੈ, ਰਾਤ ਵੀ ਵਾਰਦਾ। ਦੇਖੋ, ਇਸ ਤਰ੍ਹਾਂ ਕਿ ਇਹ ਤਕਰੀਬਨ 5-6 ਮਹੀਨੇ ਤਾਂ ਬਿਲਕੁਲ ਠੀਕ ਰਿਹਾ, ਉਹ ਤੋਂ ਪਹਿਲਾਂ ਥੋੜ੍ਹੇ ਜਿਹੇ ਇੰਸੀਡੈਂਟਸ ਹੋਏ ਸੀਗੇ, ਅਤੇ ਹੁਣ ਆ ਜਿਹੜੇ 2-3 ਵਾਕਏ ਹੋਏ ਨੇ, ਉਹ ਐਕਚੁਅਲੀ ਹੁੰਦਾ ਕੀ ਹੈ, ਜਿਹੜੇ ਇਹ ਜਿਹੜੇ ਡਰੱਗ ਐਡਿਕਟਸ ਹੁੰਦੇ ਨਾ ਜੀ, ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਕਿਆ ਕਰਕੇ, ਔਰ ਮੈਨੂੰ ਲੱਗਦਾ ਇਹ ਉਰੋਂ ਵੀ ਨਹੀਂ ਹੋਣਗੇ, ਆਸੇ ਪਾਸੇ ਕਿਤੇ ਦੂਸਰੀ ਜਗ੍ਹਾ ਤੋਂ ਜਾ ਕਰਦੇ ਨੇ। ਪੁਲਿਸ ਲੱਗੀ ਹੋਈ ਹੈ, ਬੜੀਆਂ ਸਖ਼ਤ ਹਦਾਇਤਾਂ ਨੇ ਜਿਹੜੀਆਂ ਦਿੱਤੀਆਂ ਹੋਈਆਂ ਨੇ, ਪਰ ਕਿਸੇ ਨੂੰ ਵੀ ਡਰਨ ਦੀ, ਘਬਰਾਉਣ ਦੀ ਲੋੜ ਨਹੀਂ ਹੈਗੀ। ਕੋਈ ਵੀ ਇਹੋ ਜਿਹਾ ਇੰਸਟੈਂਸ ਆਉਂਦਾ, ਹੁਣ ਜਿਵੇਂ ਮੈਂ ਕੁਝ ਸਾਥੀਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਕਈ ਵਾਰੀ ਚਾਹੇ ਛੋਟੀ ਮੋਟੀ ਖੋਹ ਹੋ ਜਾਵੇ ਜਾਂ ਲੁੱਟ ਹੋ ਜਾਵੇ, ਠੀਕ ਹੈ ਜੀ, ਉਹ ਦੱਸਦੇ ਨਹੀਂ ਹੈਗੇ। ਜਦੋਂ ਦੱਸਦੇ ਨਹੀਂ ਹੈਗੇ ਤੇ ਉਹਨਾਂ ਲੋਕਾਂ ਦੇ ਹੌਸਲੇ ਫੇਰ ਵੱਧ ਜਾਂਦੇ ਨੇ। ਹੁਣ ਅਸੀਂ ਫੇਰ ਤੇ ਹੋਇਆ ਸੀਗਾ, ਉਹ ਮੈਨੂੰ ਲੱਗਦਾ ਕੋਈ 100-200-400-500 ਦੀ ਸੀਗੀ, ਉਹ ਕਹਿੰਦੇ ਆਪਣਾ ਮੈਨੂੰ ਪਤਾ ਲੱਗਿਆ, ਮੈਂ ਮੇਰੇ ਆਫਿਸ 'ਚ ਮੁੰਡਾ ਭੇਜਿਆ, ਉਹ ਕਹਿੰਦੇ ਜੀ ਅਸੀਂ ਸੋਚਿਆ ਚਲੋ ਛੱਡੋ। ਜਦੋਂ ਆਪਾਂ ਛੱਡੋ ਵਾਲਾ ਐਟੀਟਿਊਡ ਅਪਣਾਵਾਂਗੇ ਨਾ ਜੀ, ਛੱਡੋ ਵਾਲਾ ਵੀ ਚੱਲ ਛੱਡ, ਕੋਈ ਗੱਲ ਨਹੀਂ, ਅੱਜ 500 ਨੂੰ ਛੱਡਾਂਗੇ, ਕੱਲ੍ਹ ਨੂੰ 5000 ਨੂੰ ਛੱਡਾਂਗੇ, ਫਿਰ 5 ਲੱਖ ਨੂੰ ਛੱਡਾਂਗੇ, ਐਂ ਕੰਮ ਥੋੜ੍ਹਾ ਚੱਲੂਗਾ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਕਿਸੇ ਨੂੰ ਡਰਾ ਕੇ, ਧਮਕਾ ਕੇ,
5 ਰੁਪਏ ਵੀ ਜੇ ਖੋਹਣ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਨੂੰ ਦੱਸੋ, ਪੁਲਿਸ ਵੀ ਦਸਾਂ ਨਾਲ ਦੀ ਕਿਰਤ ਕਮਾਈ ਵਾਲੇ ਵਿਅਕਤੀ ਦਾ 5 ਰੁਪਏ ਦਾ ਵੀ ਉਨਾ ਹੀ ਮੁੱਲ ਹੈ ਤੇ 5 ਕਰੋੜ ਦਾ ਵੀ ਉਨਾ ਮੁੱਲ ਹੈ। ਸਖ਼ਤ ਕਾਰਵਾਈ ਹੋਊਗੀ ਉੱਤੇ, ਪਰ ਛੱਡੋ ਵਾਲਾ ਐਟੀਟਿਊਡ ਲੋਕ ਵੀ ਨਾ ਅਪਣਾਓ। ਪਰ ਉਹਨਾਂ ਦੁਕਾਨਦਾਰਾਂ ਦੇ ਮਨਾਂ 'ਚ ਥੋੜ੍ਹਾ ਜਿਹਾ ਇਹ ਹੁੰਦਾ ਵੀ ਪੁਲਿਸ ਵੀ ਇੱਥੇ ਆਊਗੀ ਜੀ, ਸਾਡਾ ਸਮਾਂ ਬਰਬਾਦ ਕਰੂਗੀ ਜਾਂ ਹੋਰ, ਇਹ ਮਨਾਂ 'ਚ ਰਹਿੰਦਾ ਹੁੰਦਾ। ਖੱਜਲ ਖੁਆਰੀ ਜ਼ਿਆਦਾ ਹੁੰਦੀ, ਖੱਜਲ ਖੁਆਰੀ ਕਾਹਦੀ ਹੁੰਦੀ ਹੈ? ਜਦੋਂ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਪੁਲਿਸ ਨੂੰ ਦੱਸ ਦਿਓ, ਉਹ ਤੋਂ ਮਗਰੋਂ ਪੁਲਿਸ ਦਾ ਕੰਮ ਹੈ ਉਹ, ਜੇ ਥਾਣੇ 'ਚ ਖੱਜਲ ਖੁਆਰੀ ਹੁੰਦੀ ਹੈ ਤਾਂ ਉਹ ਮੈਨੂੰ ਦੱਸੋ, ਉਹ ਮੈਂ ਆਪੇ ਦਰੁਸਤ ਕਰੂੰਗਾ, ਆਪੇ ਠੀਕ ਕਰੂੰਗਾ। ਪਰ ਆਪਾਂ ਇਹ ਸੋਚ ਕੇ ਆਪਾਂ ਕ੍ਰਾਈਮ ਨੂੰ ਰਿਪੋਰਟ ਹੀ ਨਾ ਕਰੀਏ ਤੇ ਫਿਰ ਤਾਂ ਕ੍ਰਾਈਮ ਕਰਨ ਵਾਲੇ ਦੇ ਹੌਸਲੇ ਪੈਸਾ ਵਧੀ ਜਾਣਗੇ, ਇਹ ਤਾਂ ਕੋਈ ਤਰੀਕਾ ਨਹੀਂ ਹੈਗਾ। ਸੋ ਇਸ ਕਰਕੇ ਮੇਰੀ ਸਾਰੇ ਨੂੰ ਉਤਪੰਨ ਕੇ ਬੇਨਤੀ ਹੈ ਕਿ ਇੱਕ ਛੋਟੀ ਤੋਂ ਛੋਟੀ ਵੀ ਗੱਲ ਜੇ ਕੋਈ ਤੁਹਾਨੂੰ ਦੱਸਿਆ, ਮੇਰੇ ਵੱਲੋਂ 100 ਨਹੀਂ 1000% ਵਿਸ਼ਵਾਸ ਮੈਂ ਦਵਾ ਰਿਹਾ, ਪੁਲਿਸ ਪ੍ਰਸ਼ਾਸਨ ਪੂਰੀ ਮੁਸਤੈਦੀ ਦੇ ਨਾਲ ਆਪਦਾ ਕੰਮ ਕਰ ਰਿਹਾ। ਪਰ ਫਿਰ ਵੀ ਜੇ ਕੋਈ ਇਹੋ ਜਿਹੀ ਚੀਜ਼ ਲੱਗਦੀ ਹੈ ਕਿ ਜਿਹੜੀ ਗਲਤ ਹੋ ਰਹੀ ਹੈ ਉਹ ਦੱਸੋ। ਖੱਜਲ ਖੁਆਰੀ ਥਾਣੇ ਦੇ ਵਿੱਚ 1% ਵੀ ਕਿਸੇ ਦੀ ਹੋਣ ਨਹੀਂ ਦਵਾਂਗੇ, ਤੁਸੀਂ ਸਿਰਫ ਰਿਪੋਰਟ ਕਰਨਾ, ਬਾਕੀ ਕੰਮ ਪੁਲਿਸ। ਠੀਕ ਹੈ, ਥੈਂਕ ਯੂ।